ਜੇਕਰ ਮੌਸਮ ਦੀ ਮਿਹਰਬਾਨੀ ਨਾ ਹੋਈ ਤਾਂ ਪੰਜਾਬ ਸਰਕਾਰ ਇੱਕ ਜਿਹੇ ਗੰਭੀਰ ਸੰਕਟ ਵਿੱਚ ਫਸ ਸਕਦੀ ਹੈ ਜਿਸ ਨਾਲ ਪੂਰੇ ਪੰਜਾਬ ਦੇ ਵਿੱਚ ਬਿਜਲੀ ਦਾ ਇੱਕ ਵੱਡਾ ਘਾਟਾ ਔਰ ਖਾਸ ਤੌਰ ਤੇ ਬਿਜਲੀ ਦੀ ਲਗਾਤਾਰ ਮੰਗ ਨੂੰ ਦੇਖਦੇ ਹੋਏ ਇਸ ਵੇਲੇ ਪੂਰਾ ਸੰਕਟ ਮੰਡਰਾ ਰਿਹਾ ਹੈ ਅਤੇ ਪਿਛਲੇ ਲਗਭਗ ਜੇ 2 ਸਾਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਖਪਤ ਦੇ ਨਾਲੋਂ ਜੋ ਉਹਦੀ ਪੈਦਾਵਾਰ ਹੈ ਉਹ بجلی ਘਟਣ ਦੇ ਨਾਲ ਇੱਕ ਵੱਡਾ ਸੰਕਟ ਵੀ ਕਾਇਮ ਹੋ ਗਿਆ ਹੈ ਜੇਕਰ ਹੁਣ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 15307 ਮੈਗਾਵਾਟ ਹੈ ਜਦਕਿ ਇਸ ਦੀ ਪੈਦਾਵਾਰ ਦੀ ਜੇ ਗੱਲ ਕੀਤੀ ਜਾਵੇ ਤਾਂ 15400 ਮੈਗਾਵਾਟ ਹੈ ਪਰ ਪਿਛਲੇ ਲਗਭਗ 3 ਦਿਨਾਂ ਦੇ ਵਿੱਚ ਜਿਸ ਤਰ੍ਹਾਂ ਗਰਮੀ ਨੇ ਪ੍ਰਸਾਰ ਕੀਤਾ ਹੈ ਉਸ ਤਰ੍ਹਾਂ 2200 ਮੈਗਾਵਾਟ ਰੋਜ਼ ਬਿਜਲੀ ਹੋਰ ਚਾਹੀਦੀ ਹੈ ਸਰਕਾਰ ਨੂੰ ਅਤੇ ਉਸ ਨੂੰ ਦੇਖਣ ਲਈ ਜਿਸ ਤਰ੍ਹਾਂ ਦੇ ਹਾਲਾਤ ਨੇ ਸਮਰਥ ਹੈ ਇਹ ਨਹੀਂ ਹੈ ਕਿ ਬਿਜਲੀ ਦੀ ਮੰਗ ਲਗਾਤਾਰ ਵਾਧੀ ਗਈ ਜੇਕਰ ਪਿਛਲੇ 15 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਸਾਲ ਬਿਜਲੀ ਦੀ ਮੰਗ ਵਧਦੀ ਰਹੀ ਹੈ 2012-13 ਦੇ ਵਿੱਚ 9074 ਮੈਗਾਵਾਟ ਬਿਜਲੀ ਚਾਹੀਦੀ ਸੀ ਜੋ ਕਿ ਬਾਦ ਵਿੱਚ ਵੱਧ ਕੇ 12638 ਹੋ ਗਈ ਪਰ ਜੇਕਰ 2022-23 ਦੀ ਗੱਲ ਕੀਤੀ ਜਾਵੇ ਤਾਂ 22-23 ਦੇ ਵਿੱਚ ਬਿਜਲੀ ਦੀ ਮੰਗ ਦਾ ਜੋ ਹੈ ਇੱਕ ਪੱਧਰ ਹੈ 15304 ਮੈਗਾਵਾਟ ਸੀ ਹੁਣ ਤੁਹਾਨੂੰ ਦੱਸਦੇ ਆ ਕਿ ਕੀ ਸਟਰਕਚਰ ਹੈ ਕਿੱਥੋਂ ਬਿਜਲੀ ਆਂਦੀ ਹੈ ਔਰ ਕਿੱਥੇ ਖਪਤ ਹੁੰਦੀ ਹੈ ਖਪਤ ਤਾਂ ਸਾਨੂੰ ਪਤਾ ਹੈ ਕਿ ਕਮਰਸ਼ਲਾਈਜ਼ ਹੋਣ ਦੇ ਨਾਲ ਅਤੇ ਪੰਜਾਬ ਦੇ ਵਿੱਚ ਲਗਾਤਾਰ ਜੋ ਹੈ ਉਹ ਵਧਨ ਦੇ ਨਾਲ ਗਰਮੀ ਦੇ ਨਾਲ ਬਿਜਲੀ ਦੀ ਖਪਤ ਹੋਣੀ ਲਾਜ਼ਮੀ ਹੈ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਕਿੱਥੋਂ-ਕਿੱਥੋਂ ਬਿਜਲੀ ਆ ਰਹੀ ਹੈ ਔਰ ਇਸ ਵੇਲੇ ਜਿਸ ਤਰ੍ਹਾਂ ਡੇਂਜਰ ਜ਼ੋਨ ਤੇ ਪੰਜਾਬ ਸਰਕਾਰ ਫਸੀ ਹੈ ਜੇਕਰ 2 ਜਾਂ 3 ਤਾਪਕਰ ਦੇ ਕੁਝ ਯੂਨਿਟ ਬੰਦ ਹੋ ਜਾਣ ਤਾਂ ਪੰਜਾਬ ਦੇ ਵਿੱਚ ਇੱਕ ਗਹਿਰਾ ਸੰਕਟ ਜਿਹੜਾ ਉਹ ਆ ਸਕਦਾ ਹੈ ਸਭ ਤੋਂ ਪਹਿਲਾਂ ਰੋਪੜ ਤੇ ਲਹਿਰਾ ਮੁਹੱਬਤ ਤਾਪਕਰਾਂ ਨੂੰ ਜ਼ਰੂਰ ਜਾਨਣਾ ਹੋਵੇਗਾ ਇਸ ਵੇਲੇ ਰੋਪੜ ਅਤੇ ਲਹਿਰਾ ਮੁਹੱਬਤ ਤਾਪਕਰ ਦੇ 3 ਯੂਨਿਟ ਚੱਲ ਰਹੇ ਨੇ ਪਰ ਇੱਕ ਵੱਡੀ ਗੱਲ 210 ਮੀਗਾਵਾਟ ਵਾਲਾ ਲਹਿਰਾ ਮੁਹੱਬਤ ਦਾ ਇੱਕ ਹੋਰ ਯੂਨਿਟ ਇਸ ਵੇਲੇ ਬੰਦ ਹੈ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਤਲਵੰਡੀ ਸਾਬੋ ਅਤੇ ਰਾਜਪੁਰਾ ਦੇ ਵਿੱਚ 7 ਯੂਨਿਟ ਜਿਹੜੇ ਨੇ ਉਹ ਇਸ ਵੇਲੇ ਬਿਜਲੀ ਤਾਪ ਕਰਾ ਰਹੀ 7 ਅਲੱਗ-ਅਲੱਗ ਯੂਨਿਟਾਂ ਤੋਂ ਬਿਜਲੀ ਦੀ ਪੈਦਾਵਾਰ ਹੁੰਦੀ ਹੈ ਹੁਣ ਕੇਂਦਰੀ ਜ਼ੋਨ ਨੂੰ ਵੀ ਸਮਝਣਾ ਹੋਏਗਾ ਕਿ ਕਿਸ ਤਰ੍ਹਾਂ ਦੇ ਜ਼ੋਨ ਨੇ ਜਿਸ ਵਿੱਚੋਂ ਸਾਂਝੀ ਬਿਜਲੀ ਆਂਦੀ ਹੈ ਇਹਨਾਂ ਵਿੱਚੋਂ ਰਣਜੀਤ ਸਾਗਰ ਡੈਮ ਜੋ ਹੈ ਉਸ ਵਿੱਚ ਆਂਦੀ ਹੈ ਇਸੇ ਤਰ੍ਹਾਂ ਹਿਮਾਚਲ ਦੇ ਜੁਗਿੰਦਰ ਨਗਰ ਤੋਂ ਅਤੇ ਅਨੰਦਪੁਰ ਸਾਹਿਬ ਮਕੇਰੀਆਂ ਤੋਂ ਵੀ ਜੋ ਬਿਜਲੀ ਹੈ ਉਹ 759 ਮੈਗਾਵਾਟ ਜੋ ਹੈ ਆਉਂਦੀ ਹੈ ਪਰ ਜਿਸ ਤਰ੍ਹਾਂ ਦਾ ਸੰਕਟ ਇਸ ਵੇਲੇ ਪੰਜਾਬ ਦੇ ਵਿੱਚ ਮੜਰਾ ਰਿਹਾ ਹੈ ਅਤੇ ਬਹੁਤ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਲਗਾਤਾਰ ਬਿਲੀ ਦੇ ਕਟ ਲੱਗ ਰਹੇ ਨੇ ਉਸ ਤਰ੍ਹਾਂ ਲੋਕਾਂ ਦੇ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ ਭਾਵੇਂ ਕਿ ਸਰਕਾਰ ਬੜੇ ਵੱਡੇ ਦਾਅਵੇ ਕਰਦੀ ਰਹੀ ਹੈ ਸਮੇਂ ਦੀਆਂ ਸਰਕਾਰਾਂ ਵੱਡੇ ਦਾਅਵੇ ਕਰਦੀਆਂ ਰਹੀਆਂ ਨੇ ਅਤੇ ਪੰਜਾਬ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਦਫ਼ਤਰਾਂ ਦੇ ਸਮੇਂ ਸਾਰਣੀ ਵਿੱਚ ਵੀ ਤਬਦੀਲੀ ਕੀਤੀ ਗਈ ਸੀ ਸਵੇਰੇ 7:00 ਤੋਂ ਦਫ਼ਤਰ ਜੋ ਸ਼ੁਰੂ ਹੋਏ ਸੀ ਪਰ ਉਸਤੇ ਨਾਲ ਵੀ ਬਿਜਲੀ ਦੀ ਖਪਤ ਜੋ ਹੈ ਉਹ ਨਹੀਂ ਕੱਟ ਰਹੀ ਉੱਥੇ ਨਾਲ ਹੀ ਚਾਰ ਜ਼ੋਨਾਂ ਵਿੱਚ ਝੋਨੇ ਨੂੰ ਜੋ ਲਾਉਣ ਦੀ ਸਕੀਮ ਜਿਹੜੀ ਆ ਉਹ ਵੀ ਇਸ ਵੇਲੇ ਸਾਜਗਰ ਸਿੱਧ ਨਹੀਂ ਹੋਈ ਪਰ ਇਸ ਵੇਲੇ ਦਾ ਗੰਭੀਰ ਸੰਕਟ ਇਹ ਹੈ ਕਿ ਜੇਕਰ ਬਿਜਲੀ ਦੇ ਅਗਾਊਂ ਪ੍ਰਬੰਧ ਬਾਕੀ ਸਟੇਟਾਂ ਦੇ ਰਾਹੀਂ ਜਾਂ ਮੁੱਲ ਬਿਜਲੀ ਨਾ ਖਰੀਦੀ ਗਈ ਤਾਂ ਪੰਜਾਬ ਸਰਕਾਰ ਇੱਕ ਵੱਡੇ ਸੰਕਟ ਵਿੱਚ ਫਸ ਸਕਦੀ ਹੈ ਉੱਥੇ ਨਾਲ ਹੀ ਜੇਕਰ ਮਾਂਸੂਨ ਦੀ ਗੱਲ ਕੀਤੀ ਜਾਵੇ ਤਾਂ ਮਾਂਸੂਨ ਜੁਲਾਈ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਦੀਆਂ ਸੰਭਾਵਨਾ ਨੇ ਅਤੇ ਇਹ 7 ਤੋਂ 10 ਦਿਨ ਬੇहद ਮਹੱਤਵਪੂਰਨ ਹੈ ਜੇ 7 ਤੋਂ 10 ਦਿਨਾਂ ਦੇ ਵਿੱਚ ਮੌਸਮ ਦੀ ਮਿਹਰਬਾਨੀ ਨਾ ਹੋਈ ਤਾਂ ਬਿਲੀ ਦੇ ਬਦਲਵੇਂ ਪ੍ਰਬੰਧ ਨਾ ਹੋਏ ਤਾਂ ਇੱਕ ਵੱਡਾ ਸੰਕਟ ਹੋ ਸਕਦਾ ਹੈ ਹਾਲ ਦੀ ਘੜੀ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਪੰਜਾਬ ਦੇ ਵਿੱਚ ABC ਕੈਟਾਗਰੀਆਂ ਦੇ ਵਿੱਚ ਲਗ ਲਗ ਸ਼ਹਿਰਾਂ ਨੂੰ ਵੰਡਿਆ ਗਿਆ ਹੈ ਹਾਲਾਂਕਿ ਫਗਵਾੜਾ ਸੰਤੀ ਸ਼ਹਿਰ ਹੋਣ ਕਰਕੇ ਇਹ ਕੈਟਾਗਰੀ ਵਿੱਚ ਆਂਦਾ ਹੈ ਤੇ ਇਸ ਵਿੱਚ ਕੱਟ ਵੀ ਬੇਹਦ ਘੱਟ ਲੱਗਦੇ ਨੇ ਪਰ ਹੇਠਲੀਆਂ ਸ਼ਰੈਣੀਆਂ ਵਾਲੇ ਸ਼ਹਿਰਾਂ ਦੇ ਵਿੱਚ ਬਿਜਲੀ ਦੇ ਲਗਾਤਾਰ ਕੱਟਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਥੋੜਾ ਜਿਹਾ ਰੋਸ ਤਾਂ ਪੈਦਾ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੇ ਅਜਿਹੀ ਹਾਲਤ ਰਹੇ ਅਤੇ ਆਉਂਦੇ 10 ਦਿਨਾਂ ਦੇ ਵਿੱਚ ਬਿਜਲੀ ਦਾ ਖਪਤ ਵਧਦੀ ਰਹੀ ਤਾਂ ਯਕੀਨਨ ਪੰਜਾਬ ਸਰਕਾਰ ਦੇ ਲਈ ਇਹ ਇੱਕ ਵੱਡੀ ਸਿਰਦਰਦੀ ਹੋਏਗਾ ਕੈਮਰਾਮੈਨ ਵਿਨੇ ਨਾਲ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ